Hello friends, welcome on Study Hub channel. This is Pooja Singla. Today in this video we will discuss about chapter Cyclone, which is written by P. Padma Raju. Before starting a chapter, we should know little about the author Padma Raju. P. Padma Raju, writer from Andhra, writes in Telugu, his mother tongue. P. Padma Raju ek writer ne jo ki Andhra Pradesh de ne. ਉਹਨਾਂ ਨੇ ਜਿਹੜੀ ਆਪਦੀ ਰਾਈਟਿੰਗਸ ਨੇ ਜੋ ਉਹਨਾਂ ਨੇ ਜੋ ਵੀ ਸਟੋਰੀਜ਼ ਵਗੈਰਾ ਲਿਖੀਆਂ ਨੇ ਉਹ ਤੇਲਗੂ ਦੇ ਵਿੱਚ ਲਿਖੇ ਅਤੇ ਤੇਲਗੂ ਕੀ ਉਹਨਾਂ ਦੀ ਮਦਰ ਟੰਗ ਹੈ, ਮਤਲਬ ਉਹਨਾਂ ਦੀ ਮਾਤ ਭਾਸ਼ਾ ਹੈਗੀ। ਹੀ ਇਜ਼ ਅ ਰੈਗੂਲਰ ਕੰਟਰੀਬਿਊਟਰ ਟੂ ਅ ਤੇਲਗੂ ਮੈਗਜ਼ੀਨਸ। ਉਹ ਕੀ ਹੈ, ਉਹਨਾਂ ਦੀ ਜਿਹੜੀ ਰੈਗੂਲਰ ਕੰਟਰੀਬਿਊਸ਼ਨ ਦਾ ਮਤਲਬ ਕੀ ਹੈ ਕਿ ਉਹਨਾਂ ਦੀ ਜਿਹੜਾ ਯੋਗਦਾਨ ਹੈ ਤੇਲਗੂ ਮੈਗਜ਼ੀਨ ਦੇ ਵਿੱਚ ਬਹੁਤ ਜ਼ਿਆਦਾ। ਦਾ ਸਟੋਰੀ ਸਾਈਕਲੋਨ ਵਾਸ ਫਸਟ ਰਿਟਨ ਬਾਈ ਹਿਮ ਇਨ ਤੇਲਗੂ ਐਂਡ ਲੇਟਰ ਹੀ ਹਿਮਸੈਲਫ ਟਰਾਂਸਲੇਟਡ ਇਟ ਇਨ ਟੂ ਇੰਗਲਿਸ਼। ਕਹਿੰਦਾ ਜਿਹੜੀ ਸਾਈਕਲੋਨ ਚੈਪਟਰ ਜਿਹੜਾ ਅੱਜ ਆਪਾਂ ਇਹ ਪੜ੍ਹਾਂਗੇ ਉਹ ਕੀ ਆ, ਉਹਨਾਂ ਨੇ ਪਹਿਲਾਂ ਤੇਲਗੂ ਲੈਂਗੁਏਜ ਦੇ ਵਿੱਚ ਲਿਖਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਜਿਹੜਾ ਟਰਾਂਸਲੇਟ ਕਰਕੇ ਕਿਹੜੀ ਲੈਂਗੁਏਜ ਚੇਂਜ ਕਰਤਾ ਸੀ, ਇੰਗਲਿਸ਼ ਦੇ ਵਿੱਚ। ਹੀ ਸੈਂਟ ਦਿਸ ਸਟੋਰੀ ਇਨ ਐਨ ਇੰਟਰਨੈਸ਼ਨਲ ਕੰਟੈਸਟ ਆਫ ਸ਼ੋਰਟ ਸਟੋਰੀਜ਼। ਕਹਿੰਦੇ ਉਹਨਾਂ ਨੇ ਜਿਹੜੀ ਸਟੋਰੀ ਹੈ ਇੰਟਰਨੈਸ਼ਨਲ ਕੰਟੈਸਟ ਦੇ ਵਿੱਚ ਭੇਜੀ ਸੀਗੀ ਅਤੇ ਉੱਥੇ ਉਹਨਾਂ ਨੂੰ ਕੀ ਮਿਲਿਆ ਸੀ, ਇਟ ਵਨ ਅ ਪ੍ਰਾਈਜ਼, ਉਹਨਾਂ ਨੂੰ ਉੱਥੇ ਪ੍ਰਾਈਜ਼ ਮਿਲਿਆ ਸੀ। ਮੈਂ ਉਮੀਦ ਕਰਦੀ ਹਾਂ ਕਿ ਔਥਰ ਬਾਰੇ ਇੰਨਾ ਪੜ੍ਹ ਕੇ ਤੁਹਾਨੂੰ ਕਾਫੀ ਨੌਲੇਜ ਮਿਲ ਗਈ। ਹੁਣ ਆਪਾਂ ਸਟੋਰੀ ਦੀ ਇੰਟਰੋਡਕਸ਼ਨ ਪੜ੍ਹਦੇ ਹਾਂ। ਸਟੋਰੀ ਦੇ ਵਿੱਚ ਕੀ ਹੈ, ਦ ਸਟੋਰੀ ਗਿਵਸ ਅ ਮੂਵਿੰਗ ਕਾਊਂਟ ਆਫ ਅ ਬੈਗਰ ਵਿਮੈਨਸ ਇਨ ਮਿਜ਼ਰੇਬਲ ਪੋਜੀਸ਼ਨ। ਕਹਿੰਦੇ ਇਹ ਜਿਹੜੀ ਸਟੋਰੀ ਹੈ ਆਪਾਂ ਨੂੰ ਇੱਕ ਅਕਾਊਂਟ ਦਿੰਦੀ ਹੈ, ਇੱਕ ਨੌਲੇਜ ਦਿੰਦੀ ਹੈ ਕਿ ਜਿਹੜੀ ਬੈਗਰ ਵੂਮੈਨ, ਬੈਗਰ ਦਾ ਮਤਲਬ ਹੁੰਦਾ ਭਿਖਾਰੀ, ਬੈਗਰ ਦਾ ਕੀ ਮਤਲਬ ਹੁੰਦਾ ਭਿਖਾਰੀ, ਮਿਜ਼ਰੇਬਲ ਹੁੰਦੀ ਹੈ ਜਿਹਤੇ ਦਇਆ ਕੀਤੀ ਜਾਵੇ, ਮਿਜ਼ਰੇਬਲ ਹੁੰਦੀ ਹੈ ਕਿ ਬਹੁਤ ਹੀ ਤਰਸ, ਜਿਹੜੀ ਤਰਸ ਵਾਲੀ ਪੋਜੀਸ਼ਨ ਸੀ ਉਸ ਜਿਹੜੀ ਲੇਡੀ ਦੀ ਸੀ, ਉਹ ਵਿਮੈਨ ਦੀ ਸੀਗੀ। ਅ ਡਰੰਕਿਡ ਹਸਬੈਂਡ ਐਂਡ ਰਿਸਪੋਂਸੀਬਿਲਿਟੀਜ਼ ਓਵਰ ਹਰ ਲਾਈਫ ਪੁਸ਼ ਹਰ ਟੂ ਟੇਕ ਟੂ ਬੈਗਿੰਗ। ਡਰੰਕਿਡ ਹਸਬੈਂਡ, ਡਰੰਕਿਡ ਜਿਹੜਾ ਸ਼ਰਾਬੀ ਹੋਵੇ, ਜਿਹੜੀ ਉਹ ਲੇਡੀ ਸੀ ਉਹ ਵਿਮੈਨ ਸੀ, ਉਹਦਾ ਹਸਬੈਂਡ ਕੀ ਸੀ, ਸ਼ਰਾਬ ਬਹੁਤ ਪੀਂਦਾ ਸੀ, ਅਤੇ ਜਿਹੜੀ ਉਹ ਲੇਡੀ ਸੀ ਉਹਦੇ ਮੋਢਿਆਂ 'ਤੇ ਕੀ ਸੀ, ਸਾਰੇ ਘਰ ਦੀ ਰਿਸਪੋਂਸੀਬਿਲਿਟੀ ਸੀ, ਜ਼ਿੰਮੇਵਾਰੀ ਸੀ, ਅਤੇ ਉਹੀ ਜਿਹੜੀ ਜ਼ਿੰਮੇਵਾਰੀ ਸੀ ਉਹਨੂੰ ਧੱਕਾ ਦੇ ਰਹੀ ਸੀ ਕਿ ਤੂੰ ਬੈਗਿੰਗ ਕਰ, ਤੂੰ ਕੀ ਹੈ ਭੀਖ ਮੰਗ। ਜੈਟ ਸ਼ੀ ਰਿਮੇਨਸ ਹਰ ਮਦਰਲੀ ਲਵ ਐਂਡ ਅਫੈਕਸ਼ਨ, ਕਿਉਂਕਿ ਉਹਨੂੰ ਕੀ ਸੀ, ਉਹ ਜਿਹੜੀ ਬੱਚੇ ਦਾ ਪਿਆਰ ਸੀ, ਉਹ ਜਿਹੜਾ ਮੋਹ ਸੀ, ਪਿਆਰ ਸੀ, ਉਹੀ ਕੀ ਕਰਵਾ ਰਿਹਾ ਸੀ, ਭੀਖ ਮੰਗਵਾ ਰਹੇ ਸੀ, ਕਿਉਂਕਿ ਉਹਦਾ ਇੱਕ ਬੱਚਾ ਸੀ। ਔਨ ਦਾ ਅਦਰ ਹੈਂਡ ਦਾ ਨਰੇਟਰ ਰਾਓ ਇਨ ਡਿਫਰੈਂਟ ਮਿਜ਼ਰੀ ਐਂਡ ਸਫਰਿੰਗ ਅਰਾਊਂਡ। ਕੀ ਕਹਿੰਦੇ ਹੈ, ਕਹਿੰਦੇ ਜਿਹੜਾ ਇੱਥੇ ਨਰੇਟਰ ਹੈ, ਨਰੇਟਰ ਕੌਣ ਹੈ, ਰਾਓ, ਇਨ ਡਿਫਰੈਂਟ ਟੂ ਮਿਜ਼ਰੀ ਐਂਡ ਸਫਰਿੰਗ ਅਰਾਊਂਡ ਵੇਕ ਅਪਸ ਟੂ ਰਿਅਲਾਈਜ਼ ਹਾਊ ਦਾ ਬਰਡਨ ਆਫ ਲਾਈਫ ਕਰੁਅਲੀ ਡਿਪਰਾਈਵ ਸਮ। ਕਹਿੰਦੇ ਉਹਨੂੰ ਫਿਰ ਫੀਲ ਹੁੰਦਾ ਕਿ ਕਿੰਨੀ ਜਿਹੜੀ ਤਰਸ ਹੈ, ਕਿੰਨੀ ਦੁਨੀਆ ਜਿਹੜੀ ਦੁਖੀ ਹੈ ਆਪਦੇ ਜਿਹੜੇ ਆਸ ਪਾਸ ਆਪਾਂ ਦੇਖਦੇ ਹਾਂ, ਅਤੇ ਕਹਿੰਦੇ ਵੀ ਕਿੰਨੀ ਜਿਹੜੀ ਲਾਈਫ ਕਰੁਅਲ ਹੈ, ਮਤਲਬ ਕਰੁਅਲ ਕਿ ਬਹੁਤ ਹਾਰਸ਼, ਬਹੁਤ ਜ਼ਿਆਦਾ ਹਾਰਡ ਲਾਈਫ ਹੈ ਨਾ, ਵੀ ਕੁਛ ਲੋਕ ਕੀ ਹੈ ਜਿਹੜੀ ਨੋਰਮਲ ਜ਼ਿੰਦਗੀ ਜੀਣ ਲਈ ਵੀ ਕੀ ਹੈ ਡਿਪਰਾਈਵ ਦਾ ਮਤਲਬ ਵੰਚਿਤ, ਵੀ ਉਹਨਾਂ ਕੋਲ ਇੰਨੀਆਂ ਵੀ ਜ਼ਰੂਰਤ ਪੂਰੀਆਂ ਕਰਨ ਲਈ ਚੀਜ਼ਾਂ ਨਹੀਂ ਕਿ ਉਹਦੇ ਘਰ ਦਾ ਖਰਚਾ ਵੀ ਚੱਕ ਸਕਣ। ਠੀਕ ਹੈ, ਦਾ ਸਟੋਰੀ ਟੈਲਰ ਸਪਲੀ ਵੀਕਸ ਦਿਸ ਓਪੋਜੀਸ਼ਨ ਇਨ ਟੂ ਦਾ ਟੇਲ। ਉਹਦੇ ਵਿੱਚ ਦਿਖਾਉਂਦੇ ਨੇ ਕਿ ਸਟੋਰੀ ਦੇ ਵਿੱਚ ਉਹ ਦੱਸਣਗੇ ਕਿ ਕਿਵੇਂ ਜਿਹੜਾ ਹੈਗਾ ਵੀ ਜਿਹੜੀ ਇੱਕ ਸਟੋਰੀ ਹੈ ਕਿਵੇਂ ਵੀਵ ਕਰਦੀ ਹੈ। ਠੀਕ ਹੈ, ਸੋ ਆਪਾਂ ਸ਼ੁਰੂ ਕਰਦੇ ਹਾਂ, ਆਪਣੀ ਸਮਰੀ ਸ਼ੁਰੂ ਹੁੰਦੀ ਹੈ। ਕਹਿੰਦੇ ਸਾਈਕਲੋਨ ਇਜ਼ ਅ ਸਟੋਰੀ ਅਬਾਊਟ ਸਕਸੈਸਫੁਲ ਲੋਅਰ। ਕਿਹਦੀ ਸਟੋਰੀ ਹੈ ਇਹ, ਸਕਸੈਸਫੁਲ ਲੋਅਰ ਦੀ, ਕਾਮਯਾਬ ਇੱਕ ਵਕੀਲ ਦੀ ਜਿਹਦਾ ਨਾਮ ਕੀ ਹੈ, ਰਾਓ ਵੀ ਕਹਿ ਸਕਦੇ, ਰਾਓ ਵੀ। ਠੀਕ ਹੈ, ਹੀ ਵਾਸ 50 ਈਅਰਸ ਓਲਡ, ਉਹ 50 ਸਾਲ ਦਾ ਹੈ, ਬਟ ਹੀ ਥੋਟ ਇਟ ਵਾਸ ਅ ਰਾਈਟ ਏਜ ਫੋਰ ਹਿਮ ਟੂ ਗਿਵ ਅਪ ਹਿਸ ਪ੍ਰੋਫੈਸ਼ਨ। ਕਹਿੰਦਾ ਉਹ ਸੋਚਦਾ ਕਿ ਇਹ ਬਿਲਕੁਲ ਰਾਈਟ ਏਜ ਹੈ ਕਿ ਮੈਂ ਆਪਦਾ ਪ੍ਰੋਫੈਸ਼ਨ ਨੂੰ ਕੀ ਕਰਦਾ, ਗਿਵ ਅਪ। ਗਿਵ ਅਪ ਦਾ ਮਤਲਬ ਕੀ ਹੈ, ਵੀ ਮੈਂ ਛੱਡਦਾ ਹਾਂ ਪ੍ਰੋਫੈਸ਼ਨ ਨੂੰ। ਠੀਕ ਹੈ,
He had been a lawyer, but he had passed on his practice to one of his sons. ਕਹਿੰਦਾ ਉਹ ਕੀ ਹੈ, ਲੋਇਰ ਤਾਂ ਹੈਗਾ ਪਰ ਉਹਨੇ ਜਿਹੜੀ ਪ੍ਰੈਕਟਿਸਿਸ ਹੈ ਜਿਹੜੀ ਉਹ ਕੋਰਟ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨੀ ਉਹਨੇ ਉਹ ਜਿਹੜੀ ਪ੍ਰੈਕਟਿਸ ਸੀ ਕਿਹਨੂੰ ਪਾਸ ਔਨ ਕਰਤੀ? ਆਪਦੇ ਮੁੰਡੇ ਨੂੰ. ਨਾਓ ਹੀ ਵਾਂਟਿਡ ਟੂ ਡਿਵੋਟ ਹਿਸ ਟਾਈਮ ਟੂ ਮੈਡੀਟੇਸ਼ਨ ਐਂਡ ਸੋਸ਼ਲ ਸਰਵਿਸ. ਹੁਣ ਉਹ ਕੀ ਚਾਹੁੰਦਾ ਕਿ ਜਿਹੜੀ ਉਹਦੀ ਪੂਰੀ ਜ਼ਿੰਦਗੀ ਹੈ ਜਾਂ ਜਿਹੜੀ ਉਹਦੀ ਲਾਈਫ ਬਚੀ ਆ ਉਹ ਜਿਹੜਾ ਸਮਾਂ ਕਿਹਨੂੰ ਦੇ ਮੈਡੀਟੇਸ਼ਨ ਨੂੰ ਅਤੇ ਸੋਸ਼ਲ ਸਰਵਿਸ ਨੂੰ, ਮੈਡੀਟੇਸ਼ਨ ਅਤੇ ਸੋਸ਼ਲ ਸਮਾਜ ਸੇਵਾ ਨੂੰ ਅਤੇ ਮੈਡੀਟੇਸ਼ਨ ਨੂੰ. ਹੀ ਵਾਜ਼ ਟੈਲੈਂਟਡ ਸਪੀਕਰ ਐਂਡ ਲਵ ਟੂ ਸਪੀਕ. ਕਹਿੰਦਾ ਇੱਕ ਬਹੁਤ ਹੀ ਜ਼ਿਆਦਾ ਸਪੀਕਰ ਦਾ ਮਤਲਬ ਜਿਹੜਾ ਬੋਲ ਸਕਦਾ, ਠੀਕ ਹੈ. ਕਹਿੰਦਾ ਉਹਨੂੰ ਕੀ ਬੋਲਣਾ ਪਸੰਦ ਹੈ. ਨਾਓ ਹੀ ਵਾਜ਼ ਟਰੈਵਲਿੰਗ ਟੂ ਸਮ ਪਲੇਸ ਟੂ ਗਿਵ ਅ ਟਾਕ ਟੂ ਅ ਸੋਸਾਇਟੀ ਆਫ ਥੀਸਟ. ਥੀਸਟ ਕਿਹੜੇ ਹੁੰਦੇ ਨੇ? ਜਿਹੜੇ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਨੇ. ਕਹਿੰਦਾ ਉਹਨੇ ਕੀ ਕੀਤਾ, ਬਹੁਤ ਜਗ੍ਹਾ 'ਤੇ ਗਿਆ, ਉੱਥੇ ਉਹਨਾਂ ਨੇ ਸਪੀਚ ਦਿੱਤੀ ਜਾਂ ਗੱਲਬਾਤ ਕੀਤੀ ਇੱਕ ਸੋਸਾਇਟੀ ਜਿਹੜੀ ਸੀ ਥੀਸਟ ਦੀ, ਜਿਹੜੇ ਰੱਬ 'ਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੂੰ ਆਪਦੇ ਜਿਹੜੇ ਵਿਊਜ਼ ਰੱਖੇ, ਠੀਕ ਹੈ. ਉਸ ਤੋਂ ਬਾਅਦ ਕੀ ਇਹ ਕਹਿੰਦੇ, ਡਿਊਰਿੰਗ ਦ ਜਰਨੀ, ਇੱਕ ਵਾਰੀ ਯਾਤਰਾ ਦੌਰਾਨ, ਦ ਵੈਦਰ ਬਿਕਮ ਫਾਲ. ਮਤਲਬ ਕਿ ਜਿਹੜਾ ਮੌਸਮ ਸੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ. ਐਟ ਫਸਟ ਅ ਵਿੰਡ ਸਟੋਰਮ ਕਿੰਗ. ਕਹਿੰਦੇ ਕੀ ਹੋਇਆ, ਇੱਕੋਦਮ ਕੀ ਹੈ, ਵਿੰਡ ਸਟੋਰਮ ਆ ਗਈ, ਮਤਲਬ ਝੱਖੜ ਆ ਗਿਆ, ਤੂਫਾਨ ਝੱਖੜ ਆ ਗਿਆ. ਦੈਨ ਇਟ ਸਟਾਰਟਿਡ ਰੇਨਿੰਗ ਹੈਵਲੀ, ਮਤਲਬ ਕਿ ਬਹੁਤ ਤੇਜ਼ ਕੀ ਹੈ ਬਾਰਿਸ਼ ਆਉਣ ਲੱਗ ਗਈ. ਇਨ ਦਾ ਵੈਲ ਗਾਰਡਡ ਸੈਕਿੰਡ ਕਲਾਸ ਕੰਪਾਰਟਮੈਂਟ ਦੇ ਫੈਲਟ ਕੋਲਡ ਐਂਡ ਬਿਕਮ ਵਰਿਡ ਅਬਾਊਟ ਦੇਅਰ ਸੇਫ ਅਰਾਈਵਲ ਐਟ ਦੇਅਰ ਡੈਸਟੀਨੇਸ਼ਨ ਐਜ਼ ਓਨਿੰਗ ਟੂ ਦਾ ਫਿਊਰੀਅਸ ਸਾਈਕਲੋਨ. ਕਹਿੰਦੇ ਕੀ ਹੋ ਗਿਆ, ਜਦੋਂ ਉਹ ਸੈਕਿੰਡ ਕਲਾਸ ਕੰਪਾਰਟਮੈਂਟ 'ਚ ਬੈਠਾ ਸੀ, ਮਤਲਬ ਟ੍ਰੇਨ ਦੇ ਵਿੱਚ ਇੱਕ ਬਹੁਤ ਵਧੀਆ ਕੰਪਾਰਟਮੈਂਟ, ਠੀਕ ਹੈ, ਉਹ 'ਚ ਬੈਠਾ ਸੀਗਾ, ਅਤੇ ਇੱਕੋ ਦਮ ਕੀ ਹੈ ਜੋ ਬਾਰਿਸ਼ ਸ਼ੁਰੂ ਹੋ ਗਈ ਅਤੇ ਉਹਨੂੰ ਠੰਡ ਵਗੈਰਾ ਲੱਗਣ ਲੱਗ ਗਈ, ਮਤਲਬ ਬਹੁਤ ਜ਼ਿਆਦਾ ਚਿਲੀ ਜਿਹੜਾ ਵੈਦਰ ਹੋ ਗਿਆ. ਅਤੇ ਉਹਨੂੰ ਕਿ ਟੈਨਸ਼ਨ ਹੋ ਗਈ ਕਿ ਮੈਂ ਸੇਫਲੀ ਪਹੁੰਚ ਜੂੰਗਾ ਕਿ ਨਹੀਂ ਆਪਦੀ ਡੈਸਟੀਨੇਸ਼ਨ 'ਤੇ, ਆਪਦੀ ਜਗ੍ਹਾ 'ਤੇ, ਕਿਉਂਕਿ ਬਾਹਰ ਕੀ ਸੀਗਾ, ਫਿਊਰੀਅਸ ਸਾਈਕਲੋਨ ਆਉਣ ਵਾਲਾ ਸੀ, ਠੀਕ ਹੈ. ਦਾ ਟ੍ਰੇਨ ਵਾਜ਼ ਮੂਵਿੰਗ ਵੈਰੀ ਸਲੋਲੀ, ਜਿਹੜੀ ਟ੍ਰੇਨ ਸੀ ਹੌਲੀ ਹੌਲੀ ਹੋ ਗਈ, ਮਤਲਬ ਮੂਵ ਜਿਹੜੀ ਸਲੋ ਕਰਨ ਲੱਗ ਗਈ. ਵੈਨ ਦਾ ਟ੍ਰੇਨ ਹੋਲਟਡ ਐਟ ਅ ਵੇ ਸਾਈਡ ਸਟੇਸ਼ਨ, ਕਹਿੰਦੇ ਜਦੋਂ ਟ੍ਰੇਨ ਪਹੁੰਚਣ ਹੀ ਵਾਲੀ ਸੀ ਵੇ ਸਾਈਡ ਸਟੇਸ਼ਨ 'ਤੇ, ਇੱਕ ਬੈਗਰ ਵੂਮੈਨ ਆਈ, ਉਹੀ ਜਿਹਦੀ ਆਪਾਂ ਗੱਲ ਕਰਨੀ ਹੈ, ਇੱਕ ਭਿਖਾਰੀ ਜਿਹੜੀ ਔਰਤ ਸੀ ਉਹ ਆਈ, ਹਾਫ ਡਰੈਂਚਡ ਐਂਟਰਡ ਦੇਅਰ ਕੰਪਾਰਟਮੈਂਟ, ਜਿਹੜੇ ਕੰਪਾਰਟਮੈਂਟ 'ਚ ਰਹੋ ਸੀ ਉੱਥੇ ਉਹ ਆਈ. ਡਰੈਂਚਡ ਦਾ ਮਤਲਬ ਹੁੰਦਾ ਭਿੱਜੀ ਹੋਈ, ਕਿਉਂਕਿ ਬਾਹਰ ਬਾਰਿਸ਼ ਸੀ, ਉਹ ਪੂਰੀ ਭਿੱਜੀ ਹੋਈ ਸੀ ਕੰਪਾਰਟਮੈਂਟ ਦੇ ਵਿੱਚ, ਉਹ ਡੱਬੇ ਦੇ ਵਿੱਚ ਐਂਟਰ ਕਰ ਗਈ. ਡਿਸਪਾਈਟ ਦ ਹੈਵੀਨੈਸ ਸ਼ੀ ਵੈਂਟ ਫਰੋਮ ਵਨ ਕੰਪਾਰਟਮੈਂਟ ਟੂ ਅਨਦਰ. ਬਾਰਿਸ਼ ਇੰਨੀ ਆ ਰਹੀ ਸੀ ਫਿਰ ਵੀ ਉਹ ਇੱਕ ਇੱਕ ਡੱਬੇ ਤੋਂ ਦੂਜੇ ਡੱਬੇ ਦੇ ਵਿੱਚ ਮੂਵ ਕਰ ਰਹੀ ਸੀ. ਬੈਗਿੰਗ ਆਰਮਸ, ਆਰਮਸ ਦਾ ਮਤਲਬ ਕੀ ਹੁੰਦਾ ਗਾ, ਵੈਸੇ ਤਾਂ ਸਪੈਲਿੰਗ ALMS ਹੈ, ਇਹਨੂੰ ਕਹਿੰਦਾ ਵੀ ਭੀਖ ਮੰਗਣੀ, ਕੁਛ ਨਾ ਕੁਛ ਜਿਹੜੀ ਆਪਾਂ ਮੰਗਦੇ ਬਖਸ਼ੀਸ਼ ਵਗੈਰਾ, ਹੈ ਨਾ, ਉਹ ਮੰਗ ਰਹੀ ਸੀ. ਐਵਰੀਬਡੀ ਰਿਸੈਂਟਡ ਹਰ ਪ੍ਰੈਜੈਂਸ, ਰਿਸੈਂਟਡ ਦਾ ਮਤਲਬ ਕਿ ਸਾਰਿਆਂ ਨੂੰ ਉਹਦੀ ਜਿਹੜੀ ਪ੍ਰੈਜੈਂਸ ਹੈ ਉਹ ਵਧੀਆ ਨਹੀਂ ਲੱਗ ਰਹੀ ਸੀ, ਸਾਰੇ ਕੀ ਸੀ, ਦੁਖੀ ਹੋ ਰਹੇ ਸੀ, ਨਾਰਾਜ਼ ਹੋ ਰਹੇ ਸੀ. ਪਰਟੀਕੁਲਰਲੀ ਰਾਓ, ਫੋਰ ਰਾਓ ਹੈਡ ਸੈਟ ਪ੍ਰਿੰਸੀਪਲਸ ਇਨ ਲਾਈਫ. ਕਹਿੰਦਾ ਰਾਓ ਦੇ ਕੁਛ ਪ੍ਰਿੰਸੀਪਲ ਸੀ, ਕੁਛ ਸਿਧਾਂਤ ਸੀ ਜ਼ਿੰਦਗੀ ਦੇ, ਕਿ ਉਹਨੂੰ ਕੀ ਆ, ਹੀ ਹੇਟਡ ਬੈਗਿੰਗ, ਉਹ ਬੈਗਰ ਤੋਂ ਨਫ਼ਰਤ ਨਹੀਂ ਕਰਦਾ, ਉਹ ਜਿਹੜੀ ਭੀਖ ਮੰਗਦੇ ਆ, ਜਿਹੜੀ ਭੀਖ ਹੈ ਉਹਨੂੰ ਨਫ਼ਰਤ ਕਰਦਾ ਸੀ. ਸੋ ਵੈਨ ਦਾ ਬੈਗਰ ਵੁਮੈਨ ਅਪਰੋਚਡ ਹਿਮ, ਜਦੋਂ ਬੈਗਰ ਵੁਮੈਨ ਉਹਦੇ ਤੱਕ ਪਹੁੰਚੀ, ਅਪਰੋਚ ਦਾ ਮਤਲਬ ਪਹੁੰਚੀ, ਹੀ ਰਿਫਿਊਜ਼ ਟੂ ਗਿਵ ਹਰ ਐਨੀਥਿੰਗ, ਅਤੇ ਉਹਨੇ ਮਨਾ ਕਰਤਾ, ਰਿਫਿਊਜ਼ ਦਾ ਮਤਲਬ ਨਾ ਮਨਾ ਕਰਤਾ ਕੁਛ ਵੀ ਦੇਣ ਤੋਂ. ਦੇਅਰ ਵਾਜ ਫੋਰਸ ਐਂਡ ਹੇਟਡ ਇਨ ਦਾ ਵੇ ਹੀ ਡਿਸਮਿਸਡ ਹਰ. ਕਹਿੰਦਾ ਉੱਥੇ ਕੀ ਹੋ ਗਈ, ਮਤਲਬ ਉਹਨੂੰ ਲੱਗਿਆ ਕਿ ਬਹੁਤ ਜ਼ਿਆਦਾ ਫੋਰਸ, ਕੀ ਹੁੰਦਾ ਗਾ ਜਦੋਂ ਕਿਸੇ ਨੂੰ ਧੱਕਾ ਕਰਦੇ, ਹੈ ਨਾ, ਬਹੁਤ ਫੋਰਸ ਕਰਦੀ ਆ, ਫਿਰ ਉਹਦੇ ਬਾਅਦ ਉਹ ਕੀ ਹੈ, ਹੇਟਡ ਹੋ ਜਾਂਦੀ ਹੈ, ਮਤਲਬ ਕਿ ਨਫ਼ਰਤ ਆਉਣ ਲੱਗ ਜਾਂਦੀ ਹੈ ਉਸ ਲੇਡੀ ਨੂੰ, ਹੈ ਨਾ, ਉਹਦੇ ਪ੍ਰਤੀ ਵੀ ਇਹ ਭੀ ਕਿਉਂ ਮੰਗ ਰਹੀ ਹੈ. ਰਾਓ ਵਾਜ਼ ਨੀਅਰਿੰਗ ਹਿਸ ਡੈਸਟੀਨੇਸ਼ਨ, ਰਾਓ ਕੀ ਆ, ਹੁਣ ਪਹੁੰਚਣ ਵਾਲਾ ਡੈਸਟੀਨੇਸ਼ਨ 'ਤੇ, ਆਪਦੇ ਜਿੱਥੇ ਉਹਨੇ ਪਹੁੰਚਣਾ ਸੀ. ਹੀ ਗੋਟ ਡਾਊਨ ਐਟ ਦਾ ਸਟੇਸ਼ਨ, ਉਸ ਸਟੇਸ਼ਨ 'ਤੇ ਉੱਤਰ ਗਿਆ. ਫਰੋਮ ਦੇਅਰ ਹੀ ਹੈਡ ਟੂ ਗੋ ਟੂ ਦਾ ਪਲੇਸ ਵਿਚ ਵਾਜ਼ ਅਬਾਊਟ 2 ਮਾਈਲਸ ਅਵੇ, ਦੋ ਮਾਈਲਸ ਦੂਰ ਸੀਗਾ,
ਜਿੱਥੇ ਉਹਨੇ ਪਹੁੰਚਣਾ ਸੀ। ਦ ਬੈਗਰ ਵੂਮੈਨ ਆਲਸੋ ਗੋ ਡਾਊਨ ਵਿਦ ਹਿਮ, ਜਿਹੜੀ ਬੈਗਰ ਵੂਮੈਨ ਸੀ, ਜਿਹੜੀ ਭਿਖਾਰਨ ਔਰਤ ਸੀ, ਉਹ ਵੀ ਉਹਦੇ ਨਾਲ ਹੀ ਉੱਤਰ ਗਈ। ਐਂਡ ਨੋ ਪੋਟਰ ਵਾਜ਼ ਇਨ ਸਾਈਟ, ਕਹਿੰਦੇ ਪੋਟਰ ਦਾ ਮਤਲਬ ਕਿ ਜਿਹੜੇ ਕੁਲੀ ਹੁੰਦੇ, ਜਿਹੜੇ ਸਮਾਨ ਲੈਗੇਜ ਵਗੈਰਾ ਚੱਕਦੇ ਆ, ਹੈ ਨਾ, ਦੂਰ ਦੂਰ ਤੱਕ ਕੋਈ ਵੀ ਦਿਖਿਆ ਨਹੀਂ, ਮਤਲਬ ਰਾਓ ਨੂੰ ਕੋਈ ਵੀ ਪੋਟਰ ਨਹੀਂ ਦਿਖਿਆ। ਦ ਬੈਗਰ ਵੂਮੈਨ ਆਫਰ ਟੂ ਕੈਰੀ ਹਿਸ ਲਗੇਜ ਟੂ ਵੇਟਿੰਗ ਰੂਮ, ਕਹਿੰਦੀ ਮਤਲਬ ਜਿਹੜੀ ਉਹ ਬੈਗਰ ਵੂਮੈਨ ਆਫਰ ਕਰਦੀ ਉਹਨੂੰ ਕਹਿੰਦੀ ਹੈ ਕਿ ਤੇਰਾ ਸਮਾਨ ਮੈਂ ਵੇਟਿੰਗ ਰੂਮ ਦੇ ਵਿੱਚ ਰੱਖ ਆਉਂਦੀ ਹਾਂ ਜੇ ਤੈਨੂੰ ਤੂੰ ਰੱਖਵਾਉਣਾ ਤਾਂ, ਹੈ ਨਾ। ਅਸੈਪਟਿੰਗ ਵੋਟ ਐਵਰ ਰਾਓ ਗਿਵ ਹਰ, ਕਹਿੰਦਾ ਜੋ ਵੀ ਤੁਸੀਂ ਦਿਓਗੇ ਮੈਂ ਉਹ ਮਨਜ਼ੂਰ ਕਰ ਲੂੰਗੀ, ਪਰ ਮੈਨੂੰ ਮੈਂ ਤੁਹਾਡਾ ਸਮਾਨ ਰੱਖ ਦਿੰਦੀ ਹਾਂ। ਦ ਬੈਗਰ ਵੂਮੈਨ ਵੈਂਟ ਅਵੇ, ਠੀਕ ਹੈ, ਉਹ ਲੈ ਗਈ ਸਮਾਨ। ਰਾਓ ਵਾਜ਼ ਅਲੋਨ ਇਨ ਦਾ ਵੇਟਿੰਗ ਰੂਮ, ਇਟ ਵਾਜ਼ ਅ ਡਾਰਕ ਐਂਡ ਡਿਸਮਲ ਪਲੇਸ, ਕਹਿੰਦੇ ਜਿਹੜਾ ਰਾਓ ਕੀ ਆ ਉੱਥੇ ਇਕੱਲਾ ਸੀ, ਉਹ ਵੇਟਿੰਗ ਰੂਮ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਸੀ, ਅਤੇ ਬਿਲਕੁਲ ਹੀ ਇਹੋ ਜਿਹਾ ਪਲੇਸ ਹੋਣਾ ਵੀ ਜਿੱਥੇ ਡਰ ਲੱਗਣਾ, ਹੈ ਨਾ। ਰੀਚਿੰਗ ਦ ਵੇਟਿੰਗ ਰੂਮ ਹੀ ਹੈਡ ਗੋਟ ਵੈਟ ਇਨ ਦਾ ਟੋਰੈਂਸ਼ੀਅਲ ਰੇਨ, ਟੋਰੈਂਸ਼ੀਅਲ ਰੇਨ ਦਾ ਮਤਲਬ ਭਾਰੀ ਵਰਖਾ, ਮਤਲਬ ਬਹੁਤ ਜ਼ਿਆਦਾ ਹੈਵੀ ਮੀਂਹ ਜਿਹੜਾ ਹੁੰਦਾ ਨਾ ਉਹਦੇ ਲਈ ਵਰਡ ਯੂਜ਼ ਕਰਦੇ ਟੋਰੈਂਸ਼ੀਅਲ ਰੇਨ, ਠੀਕ ਹੈ। ਦੈਟ ਹੈਡ ਨੋਟ ਯੇਟ ਸਟੋਪਡ, ਰੇਨ ਹਜੇ ਵੀ ਰੁਕੀ ਨਹੀਂ ਸੀ, ਬਹੁਤ ਭਾਰੀ ਜਿਹੜੀ ਰੇਨ ਆ ਰਹੀ ਸੀ। ਹੀ ਨਾਓ ਚੇਂਜ ਇਨ ਟੂ ਵਾਰਮ ਕਲੋਥਸ, ਉਹਨੇ ਆਪਦੇ ਜਿਹੜੇ ਗਰਮ ਕੱਪੜੇ ਪਾ ਲਏ। ਆਫਟਰ ਸਮ ਟਾਈਮ ਦ ਬੈਗਰ ਵੂਮੈਨ ਆਲਸੋ ਐਂਟਰਡ ਦਾ ਵੇਟਿੰਗ ਰੂਮ, ਕੁਛ ਟਾਈਮ ਬਾਅਦ ਜਿਹੜੀ ਉਹ ਲੇਡੀ ਸੀਗੀ, ਬੈਗਰ ਵੂਮੈਨ ਸੀਗੀ, ਉਹ ਵੀ ਉਹ ਵੇਟਿੰਗ ਰੂਮ ਦੇ ਵਿੱਚ ਆ ਗਈ। ਸ਼ੀ ਹੈਡ ਬੀਨ ਪੁਸ਼ਡ ਆਊਟ ਆਫ ਦ ਰਨਿੰਗ ਟ੍ਰੇਨ ਬਾਏ ਦਾ ਟਿਕਟ ਐਗਜ਼ਾਮਿਨਰ, ਤਾਂ ਉਹ ਕੀ ਹੈ ਜਿਹੜੀ ਉਹ ਜਦੋਂ ਉੱਥੇ ਆਈ ਤਾਂ ਜਿਹੜੇ ਉਹ ਟਿਕਟ ਐਗਜ਼ਾਮਿਨਰ ਸੀ ਉਹਨੇ ਉਹਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ। ਦੇਅਰ ਸ਼ੀ ਕੇਮ ਐਂਡ ਰਾਓ ਹੂ ਹੇਟਡ ਵੈਰੀ ਸਾਈਟ ਆਫ ਦਿਸ ਵੂਮੈਨ ਨਾਓ ਫੈਲਟ ਰਿਲੀਵਡ ਵੈਨ ਸ਼ੀ ਕੇਮ ਫੋਰ ਇਨ ਦਿਸ ਵੇਦਰ, ਹੁਣ ਇੱਥੇ ਕੀ ਹੈ ਜਿਹੜਾ ਰਾਓ ਤੋਂ ਪਹਿਲਾਂ ਨਫ਼ਰਤ ਕਰ ਰਿਹਾ ਸੀ ਪਹਿਲੀ ਨਜ਼ਰ ਦੇ ਵਿੱਚ, ਹੁਣ ਉਹਨੂੰ ਕੀ ਹੈ ਰਿਲੀਫ ਫੀਲ ਹੋ ਰਿਹਾ, ਹੁਣ ਉਹਨੂੰ ਥੋੜ੍ਹਾ ਸਾਹ ਆ ਰਿਹਾ ਕਿ ਉਹ ਕੀ ਹੈ ਆ ਚੁੱਕੀ ਹੈ, ਠੀਕ ਹੈ। ਕਿਉਂਕਿ ਇਹ ਜਿਹੜਾ ਇੰਨਾ ਗੰਦਾ ਵੈਦਰ ਸੀ ਉਹਨੂੰ ਕੁਛ ਵੀ ਹੋ ਸਕਦਾ ਸੀ ਉਹ ਲੇਡੀ ਨੂੰ, ਹੈ ਨਾ, ਉਹ ਸੋਚਦਾ ਉਹਦੇ ਲਈ ਚੰਗਾ ਸੋਚਦਾ। ਹੀ ਵਾਂਟਡ ਸਮ ਵਨ ਟੂ ਬੀ ਨੀਅਰ ਹਿਮ, ਕਿਉਂਕਿ ਉਹ ਡਰ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਕਿ ਕੋਈ ਤਾਂ ਹੋਵੇ, ਮੈਂ ਇਕੱਲਾ ਹੀ ਸੀ, ਹੈ ਨਾ। ਹੀ ਫੈਲਟ ਫੋਰ ਦ ਪੂਅਰ ਵੂਮੈਨ ਐਂਡ ਗੇਵ ਹਰ ਕਲੋਥ ਟੂ ਵੇਅਰ, ਉਹਨੂੰ ਤਰਸ ਆ ਰਿਹਾ ਸੀ ਉਹ ਜਿਹੜੀ ਗਰੀਬ ਜਿਹੜੀ ਲੇਡੀ ਸੀ ਉਹ 'ਤੇ ਤਰਸ ਆ ਰਿਹਾ ਸੀ ਰਾਓ ਨੂੰ, ਅਤੇ ਉਹਨੇ ਆਪਦੇ ਕੱਪੜੇ ਦਿੱਤੇ ਪਾਉਣ ਲਈ ਅਤੇ ਕੁਛ ਖਾਣ ਲਈ ਵੀ ਦਿੱਤਾ। ਦ ਵੂਮੈਨ ਨਰੇਟਿਡ ਟੂ ਹਿਮ ਦ ਸਟੋਰੀ ਔਫ ਹਰ ਮਿਜ਼ਰੀ, ਉਹਨੇ ਆਪਦੀ ਸਟੋਰੀ ਦੱਸੀ, ਜਿਹੜੀ ਦੁੱਖ ਭਰੀ ਕਹਾਣੀ ਸੀ ਉਹਨੇ ਦੱਸੀ ਕਿ ਮੇਰੇ ਨਾਲ ਆਹ ਕੁਛ ਹੋਇਆ ਹੋਇਆ ਜਾਂ ਮੇਰੀ ਲਾਈਫ ਦੇ ਵਿੱਚ। ਉਹ ਕਹਿੰਦੀ ਕਿ ਮੇਰੀ ਜਿਹੜੀ ਇੰਟਾਇਰ ਰਿਸਪੋਂਸਿਬਿਲਿਟੀ ਹੈ ਫੈਮਿਲੀ ਦੀ ਮੇਰੇ 'ਤੇ ਹੀ ਆ, ਮੇਰੇ ਸ਼ੋਲਡਰਸ 'ਤੇ ਹੀ ਹੈ ਕਿ ਮੇਰੇ ਹਸਬੈਂਡ ਡਿਡ ਨਥਿੰਗ ਐਂਡ ਵਾਜ਼ ਅ ਡਰੱਗ ਕਿਡ, ਕਹਿੰਦਾ ਕੁਛ ਨਹੀਂ ਕਰਦਾ ਉਹ, ਕੀ ਪੀਂਦਾ, ਦਾਰੂ ਪੀਂਦਾ। ਰਾਓ ਨਾਓ ਰਿਅਲਾਈਜ਼ਡ ਹਾਓ ਦਿਸ ਬਰੇਵ ਵੂਮੈਨ ਵਾਜ਼ ਫੇਸਿੰਗ ਲਾਈਫ, ਫਿਰ ਉਹਨੂੰ ਫੀਲ ਹੋਇਆ ਕਿ ਕਿੰਨੀ ਬਰੇਵ ਵੂਮੈਨ ਹੈ, ਮਤਲਬ ਕਿੰਨੀ ਜਿਹੜੀ ਹੈਗੀ ਆ ਬਹਾਦੁਰ ਲੇਡੀ ਆ, ਜਿਹੜੀ ਆਪਦੀ ਜ਼ਿੰਦਗੀ ਦੀ ਜਿਹੜੀ ਇੰਨੀਆਂ ਪ੍ਰੋਬਲਮ ਫੇਸ ਕਰਕੇ ਵੀ ਆਪਦਾ ਬਿਲਕੁਲ ਵੀ ਕਿਸੇ ਨੂੰ ਸ਼ੋਅ ਨਹੀਂ ਕਰ ਰਹੀ, ਵੀ ਘੱਟੋ ਘੱਟ ਆਪਦੀ ਜ਼ਿੰਦਗੀ ਤਾਂ ਵੀ ਆਪਦੇ ਬੱਚਿਆਂ ਦੀ ਪਾਲ ਰਹੀ ਹੈ, ਹੈ ਨਾ। ਹਿਜ਼ ਹਾਰਟ ਵਾਜ਼ ਮੂਵਡ ਐਂਡ ਹੀ ਡਿਵੈਲਪ ਸਿੰਪਥੀ ਐਂਡ ਫੈਲੋ ਫੀਲਿੰਗ ਆਫ ਹਰ, ਕਹਿੰਦੇ ਹੁਣ ਉਹਦੇ ਜਿਹੜਾ ਹਾਰਟ ਹੈ ਮੂਵ ਕਰ ਗਿਆ, ਪਹਿਲਾਂ ਉਹ ਕੀ ਨਫ਼ਰਤ ਕਰ ਰਹੇ ਸੀ ਕਿਉਂਕਿ ਉਹ ਭੀਖ ਮੰਗ ਰਹੀ ਸੀ, ਹੁਣ ਰਾਓ ਦਾ ਹਾਰਟ ਕਿਉਂ ਗਿਆ, ਮੂਵ ਹੋ ਗਿਆ, ਹੁਣ ਉਹਦੇ ਪ੍ਰਤੀ ਕੀ ਹੈ ਉਹਨੂੰ ਮਤਲਬ ਤਰਸ ਵੀ ਆ ਰਿਹਾ, ਉਹਦੇ ਪ੍ਰਤੀ ਉਹਨੂੰ ਭਾਵਨਾ ਵਧੀਆ ਜਾਗ ਗਈ, ਹੈ ਨਾ। ਤਾਂ ਹੁਣ ਉਹਨੂੰ ਲੱਗ ਰਿਹਾ ਕਿ ਫੈਲੋ ਫੀਲਿੰਗ, ਕਿ ਐਂ ਲੱਗ ਰਿਹਾ ਕਿ ਇਹ ਵੀ ਚੰਗੀ ਲੇਡੀ ਹੈ, ਹੈ ਨਾ। ਉਸ ਤੋਂ ਬਾਅਦ ਕੀ ਹੈ, ਦ ਬੈਗਰ ਵੂਮੈਨ ਹੈਲਪ ਰਾਓ ਟੂ ਸਪੈਂਡ ਦ ਨਾਈਟ ਕੰਫਰਟੇਬਲੀ, ਜਿਹੜੀ ਬੈਗਰ ਵੂਮੈਨ ਆ ਉਹਨੇ ਹੈਲਪ ਕੀਤੀ ਰਾਓ ਦੀ ਕਿ ਉਹ ਜਿਹੜੀ ਆਪਦੀ ਨਾਈਟ ਹੈ ਉਹ ਕੰਫਰਟੇਬਲੀ ਸਪੈਂਡ ਕਰੇ, ਕਿਉਂਕਿ ਉੱਥੇ ਉਹ ਰੂਮ ਦੇ ਵਿੱਚ ਕੋਈ ਨਹੀਂ ਸੀ, ਉਹਨੂੰ ਡਰ ਲੱਗ ਰਿਹਾ ਸੀ ਰਾਓ ਨੂੰ, ਤਾਂ ਉਹ ਕੀ ਆ ਮਤਲਬ ਦੋਨੋਂ ਇਕੱਠੇ ਹੋਣ ਕਰਕੇ ਉਹਨਾਂ ਨੂੰ ਕੀ ਆ ਕੰਫਰਟੇਬਲ ਫੀਲ ਹੋਇਆ। ਟੁਗੈਦਰ ਦੇ ਕਲੋਜ਼ ਦ ਡੋਰ ਐਂਡ ਕਲੈਕਟਿਡ ਫਰਨੀਚਰ ਬਿਹਾਈਂਡ ਦ ਪੈਨਲਸ, ਬਟ ਦ ਸਟਰੋਂਗ ਵਿੰਡ ਪੁਸ਼ਡ ਇਟ,
ਉਹਨਾਂ ਨੇ ਬਹੁਤ ਸਾਰੇ ਜਿਹੜੇ ਕਿਉਂਕਿ ਵਿੰਡ ਇੰਨੀ ਤੇਜ਼ ਸੀ, ਉਹਨਾਂ ਨੇ ਜਿਹੜਾ ਰੂਮ ਦਾ ਡੋਰ ਹੈ ਬੰਦ ਕਰ ਲਿਆ ਅਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਪਈਆਂ ਸੀ ਆਸੇ ਪਾਸੇ ਉਹਨਾਂ ਨੂੰ ਗੇਟ ਦੇ ਅੱਗੇ ਲਗਾ ਤਾ ਤਾਂ ਜੋ ਕਿ ਹਵਾ ਨਾਲ ਕੀ ਸੀ, ਵਾਰ ਵਾਰ ਗੇਟ ਖੁੱਲ੍ਹ ਰਿਹਾ ਸੀ ਤਾਂ ਉਹਨਾਂ ਨੇ ਸਟਰੋਂਗ ਜਿਹੜੀਆਂ ਚੀਜ਼ਾਂ ਸੀ ਹਾਰਡ ਉਹ ਲਿਆ ਕੇ ਉੱਥੇ ਲਗਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਕਿ ਦੇ ਸਪੈਂਡ ਦਾ ਨਾਈਟ ਇਨ ਅ ਕੋਰਨਰ ਵੇਅਰ ਦਾ ਫੋਰਸ ਆਫ ਵਿੰਡ ਵਾਜ਼ ਨੋਟ ਸੋ ਗ੍ਰੇਟ। ਕਹਿੰਦਾ ਉਹਨਾਂ ਨੇ ਉੱਥੇ ਉਸ ਦਿਨ ਉੱਥੇ ਰਾਤ ਬਿਤਾਈ ਜਿੱਥੇ ਕੀ ਹੈ ਜਿਹੜੀ ਵਿੰਡ ਆ ਉੱਥੇ ਘੱਟ ਹਵਾ ਆ ਰਹੀ ਸੀ, ਮਤਲਬ ਵਿੰਡ ਜਿਹੜੀ ਕੱਟ ਆਪਦਾ ਸਟਰੋਂਗ ਜਿਹੜੀ ਸਟਰੋਂਗਨੈਸ ਦਿਖਾ ਰਹੀ ਸੀ। ਦ ਵਿਮੈਨ ਲੁੱਕਡ ਆਫਟਰ ਹਿਮ ਐਂਡ ਟਰਾਈ ਟੂ ਮੇਕ ਹਿਮ ਫੀਲ ਕੰਫਰਟੇਬਲ। ਜਿਹੜੀ ਵਿਮੈਨ ਉਹਦੇ ਵੱਲ ਦੇਖਦੀ ਰਹੀ ਅਤੇ ਉਹਨੂੰ ਕੀ ਕੰਫਰਟੇਬਲ ਫੀਲ ਕਰਾਉਂਦੀ ਰਹੀ। ਸ਼ੀ ਪੁੱਟ ਹਰ ਆਰਮਸ ਅਰਾਊਂਡ ਹਿਮ ਐਂਡ ਗੇਵ ਹਿਮ ਸਟਰੈਂਥ। ਰਾਊ ਡਿਡ ਨੋਟ ਓਬਜੈਕਟ ਟੂ ਇਟ। ਕਹਿੰਦੇ ਜਿਹੜੀ ਉਹ ਲੇਡੀ ਸੀ ਉਹਨੇ ਜਿਹੜੀਆਂ ਆਪਦੀਆਂ ਬਾਹਾਂ ਸੀ ਉਹਦੇ ਵੱਲ ਕਰ ਲਈਆਂ ਅਤੇ ਉਹਨੂੰ ਕੀ ਸਟਰੈਂਥ ਦਿੰਦੀ ਰਹੀ, ਮਤਲਬ ਉਹਨੂੰ ਉਹਦੀ ਕਿਉਂਕਿ ਉਹਨੂੰ ਡਰ ਲੱਗ ਰਿਹਾ ਸੀ ਰਾਓ ਨੂੰ, ਹੈ ਨਾ, ਅਤੇ ਉਹਦੀ ਕੀ ਹਿੰਮਤ ਵਧਾ ਰਹੀ ਸੀ, ਹੈ ਨਾ, ਅਤੇ ਰਾਓ ਨੂੰ ਵੀ ਓਬਜੈਕਸ਼ਨ ਨਹੀਂ, ਓਬਜੈਕਟ ਦਾ ਮਤਲਬ ਹੈ ਉਹਨੂੰ ਕੋਈ ਓਬਜੈਕਸ਼ਨ ਨਹੀਂ ਸੀ, ਕੋਈ ਪ੍ਰੋਬਲਮ ਨਹੀਂ ਹੋ ਰਹੀ ਸੀ, ਹੈ ਨਾ। ਪ੍ਰੋਟੈਕਟਿਡ ਬਾਏ ਹਰ ਮਦਰਲੀ ਕੇਅਰ, ਉਹ ਉਹਨੂੰ ਕਿਵੇਂ, ਦੇਖੋ ਹੁਣ ਜਦੋਂ ਆਪਾਂ ਪੜ੍ਹ ਰਹੇ ਸੀ ਉਦੋਂ ਬਹੁਤ ਅਨਕੰਫਰਟੇਬਲ ਲੱਗ ਰਿਹਾ ਸੀ ਕਿ ਕਿੱਦਾਂ ਦੀ ਲੇਡੀ ਆ, ਪਰ ਹੁਣ ਉਹਨੇ ਕੀ ਕਿਹਾ, ਕਿਵੇਂ ਐਕਸਪਲੇਨ ਕੀਤਾ ਕਿ ਉਹਨੂੰ ਇਸ ਤਰ੍ਹਾਂ ਪ੍ਰੋਟੈਕਟ ਕਰ ਰਹੀ ਸੀ ਜਿਵੇਂ ਇੱਕ ਮਦਰ ਆਪਦੇ ਬੱਚੇ ਨੂੰ ਪ੍ਰੋਟੈਕਟ ਕਰਦੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਹੀ ਵੈਂਟ ਟੂ ਸਲੀਪ ਇਨ ਹਰ ਆਰਮਸ। ਉਹਦੀ ਇੱਕ ਜਿਵੇਂ ਬੱਚਾ ਉਹਦੀ ਮਾਂ ਦੀ ਗੋਦੀ ਦੇ ਵਿੱਚ ਸੌਂਦਾ ਉਵੇਂ ਉਹ ਰਾਓ ਵੀ ਉਹਦੀ ਗੋਦੀ 'ਚ ਸੌ ਗਿਆ। ਉਸ ਤੋਂ ਬਾਅਦ ਕਿ ਨੈਕਸਟ ਮੋਰਨਿੰਗ ਇਟ ਵਾਜ਼ ਸਟਿਲ ਡਾਰਕ। ਅਗਲੀ ਸੁਬਹਾ ਵੀ ਕੀ ਸੀ, ਬਹੁਤ ਹਨੇਰਾ ਹੋਇਆ ਸੀ। ਰਾਓ ਵਾਜ਼ ਅਵੇਕਨ, ਰਾਓ ਉੱਠ ਗਿਆ ਸੀ। ਦ ਬੇਗਰ ਵੁਮੈਨ ਹੈਡ ਗੋਨ ਆਫ ਬਿਫੋਰ ਹੀ ਵੋਕਅਪ। ਜਦੋਂ ਰਾਓ ਉੱਠਿਆ ਉਸ ਤੋਂ ਪਹਿਲਾਂ ਹੀ ਜਿਹੜੀ ਉਹ ਭਿਖਾਰਨ ਔਰਤ ਸੀ ਉਹ ਜਾ ਚੁੱਕੀ ਸੀ। ਹੀ ਫੈਲਟ ਫੋਰ ਹਿਸ ਪਰਸ, ਉਹ ਫੀਲ ਕਰ ਰਿਹਾ ਸੀ ਉਹਦੇ ਪਰਸ ਦੀ, ਠੀਕ ਹੈ। ਹੀ ਵਾਜ਼ ਨੋਟ ਵੇਅਰ ਹੀ ਹੈਡ ਪਲੇਸਡ, ਠੀਕ ਹੈ। ਹੀ ਥੋਟ ਇਟ ਮਸਟ ਹੈਵ ਬੀਨ ਲੋਸਟ ਦ ਪ੍ਰੀਵੀਅਸ ਨਾਈਟ। ਉਹਨੇ ਦੇਖਿਆ ਕਿ ਜਿਹੜਾ ਉਹਦਾ ਪਰਸ ਹੈ ਉਹ ਖੋ ਚੁੱਕਿਆ ਸੀ, ਉੱਥੇ ਹੈ ਨਹੀਂ ਸੀ ਜਿੱਥੇ ਰੱਖਿਆ ਸੀ। ਉਹਨੂੰ ਲੱਗਿਆ ਕਿ ਪਿਛਲੀ ਜਿਹੜੀ ਰਾਤ ਸੀ ਉਸ ਦਿਨ ਗੁੰਮ ਹੋ ਗਿਆ। ਗੈਟਿੰਗ ਆਊਟ ਆਫ ਦ ਰੂਮ ਹੀ ਫਾਊਂਡ ਦ ਟ੍ਰੇਸਿਸ ਆਫ ਡਿਸਟ੍ਰਕਸ਼ਨ ਆਲ ਅਰਾਊਂਡ। ਉਹਨੇ ਜਦੋਂ ਬਾਹਰ ਨਿਕਲਿਆ ਰੂਮ ਦੇ ਵਿੱਚ ਉਹਨੇ ਦੇਖਿਆ ਵੀ ਕਿੰਨਾ ਨੁਕਸਾਨ ਹੋ ਚੁੱਕਿਆ ਸੀ, ਡਿਸਟ੍ਰਕਸ਼ਨ ਹੁੰਦਾ ਵੀ ਬਹੁਤ ਚੀਜ਼ਾਂ ਕਿ ਟੁੱਟ ਭੱਜ ਗਈਆਂ ਸੀ। ਮੈਨੀ ਟ੍ਰੀਜ਼ ਹੈਡ ਬੀਨ ਅਪਰੂਟਿਡ, ਮਤਲਬ ਜਿਹੜੇ ਬਹੁਤ ਸਾਰੇ ਟ੍ਰੀਜ਼ ਕੀ ਇਹ ਜੜ੍ਹਾਂ ਤੋਂ ਬਾਹਰ ਹੋ ਚੁੱਕੇ ਸੀ। ਸਮ ਇੰਜਰਡ ਪਰਸਨ ਵਰ ਲਾਇੰਗ ਐਟ ਵਨ ਐਂਡ ਆਫ ਸਟੇਸ਼ਨ, ਇੱਕ ਸਟੇਸ਼ਨ ਦੇ ਜਿਹੜੇ ਐਂਡ 'ਤੇ ਸੀ ਬਹੁਤ ਸਾਰੇ ਲੋਕ ਜ਼ਖਮੀ ਹੋ ਕੇ ਪਏ ਸੀ। ਦ ਰੂਫ ਆਫ ਦ ਬੁਕਿੰਗ ਆਫਿਸ ਹੈਡ ਆਲਸੋ ਕਲਾਪਸਡ ਐਂਡ ਇਟ ਲੇ ਸਕੈਟਰਡ। ਉਹ ਜਿਹੜਾ ਬੁਕਿੰਗ ਆਫਿਸ ਦਾ ਜਿਹੜਾ ਉੱਪਰਲੀ ਰੂਫ ਸੀਗੀ, ਛੱਤ ਸੀਗੀ, ਉਹ ਟੁੱਟ ਭੱਜ ਕੇ ਇੱਧਰ ਉੱਧਰ ਬਿਖਰੀ ਪਈ ਸੀ। ਨਾਓ ਹੀ ਸੋ ਸੰਬਡੀ ਲਾਇੰਗ ਅੰਡਰ ਦ ਰੈਕੇਜ, ਤਾਂ ਉਹਨੇ ਇੱਕ ਦੇਖਿਆ ਕਿ ਕੋਈ ਜਿਹੜਾ ਹੈਗਾ ਰੈਕੇਜ ਹੁੰਦਾ ਵੀ ਟੁੱਟ ਭੱਜ ਦੇ ਨੀਚੇ ਕੋਈ ਪਿਆ। ਹੀ ਹੈਡ ਨੋ ਪ੍ਰੋਬਲਮ ਇਨ ਰਿਕੋਗਨਾਈਜ਼ਿੰਗ ਹਰ, ਉਹਨੂੰ ਹੁਣ ਕੋਈ ਦਿੱਕਤ ਨਹੀਂ ਆ ਰਹੀ ਸੀ ਰਿਕੋਗਨਾਈਜ਼ਿੰਗ ਦਾ, ਪਹਿਚਾਣ ਕਰਨ 'ਚ। ਇਟ ਵਾਜ਼ ਦ ਬੇਗਰ ਵੁਮੈਨ, ਉਹ ਕੌਣ ਸੀਗੀ, ਬੇਗਰ ਵੁਮੈਨ ਸੀ, ਭਿਖਾਰਨ ਔਰਤ ਸੀ। ਸ਼ੀ ਵਾਜ਼ ਹੋਲਡਿੰਗ ਇਸ ਪਰਸ ਇਨ ਵਨ ਆਫ ਹਰ ਹੈਂਡਸ ਐਂਡ ਇਨ ਦ ਅਦਰ ਸਮਨ ਨੋਟਸ ਐਂਡ ਕੁਆਇੰਸ ਟੋਟਲ ਸਟੋਲਨ ਫਰੋਮ ਦ ਬੁਕਿੰਗ ਆਫਿਸ। ਉਹਦੇ ਹੱਥ ਦੇ ਵਿੱਚ ਕੀ ਸੀ ਲੇਡੀ ਜਿਹੜੀ ਆ, ਉੱਥੇ ਹੁਣ ਦੇਖੋ ਕਿੰਨੀ ਇੱਕ ਇਹੋ ਜਿਹੀ ਕਹਾਣੀ ਨੇ ਮੋੜ ਲਿਆ ਕਿ ਉਹ ਜਿਹੜੀ ਰੈਕੇਜ ਸੀ ਉਹ ਟੁੱਟ ਭੱਜ ਦੇ ਨੀਚੇ ਕੌਣ ਪਿਆ ਸੀ, ਉਹ ਲੇਡੀ ਪਈ ਸੀਗੀ ਜਿਹੜੀ ਉਹਨੂੰ ਮਿਲੀ ਸੀ ਬੈਗਰ, ਹੈ ਨਾ। ਉਹਦੇ ਹੱਥ ਦੇ ਵਿੱਚ ਇੱਕ 'ਚ ਪਰਸ ਸੀ ਅਤੇ ਦੂਜੇ ਦੇ ਵਿੱਚ ਕੀ ਸੀ, ਕੁਆਇੰਸ ਅਤੇ ਨੋਟਸ ਸੀਗੇ, ਠੀਕ ਹੈ। ਅਤੇ ਜੋ ਉਹਨੇ ਕਿੱਥੋਂ ਚੋਰੀ ਕੀਤੇ ਸੀ, ਬੁਕਿੰਗ ਆਫਿਸ। ਹੀ ਵਾਜ਼ ਵੈਰੀ ਮੱਚ ਮੂਵਡ ਐਟ ਸਾਈਟ, ਉਹ ਮਤਲਬ ਉਹਨੂੰ ਕੀ ਹੋਇਆ, ਦਿਸ ਡੀਅਰ ਕ੍ਰੀਏਚਰ ਹੈਡ ਸ਼ੋਨ ਸੋ ਮੱਚ ਅਫੈਕਸ਼ਨ ਫੋਰ ਹਿਮ ਲਾਸਟ ਨਾਈਟ। ਕਹਿੰਦੀ ਜਿਹੜੀ ਉਹ ਕ੍ਰੀਏਚਰ ਸੀ, ਜਿਹੜੀ ਉਹ ਲੇਡੀ ਸੀ, ਉਹਨੇ ਲਾਸਟ ਨਾਈਟ ਇੰਨੀ ਅਫੈਕਸ਼ਨ ਦਿਖਾਈ, ਇੰਨਾ ਮੋਹ, ਹਰ ਕੰਪਨੀ ਹੈਡ ਹੈਲਪ ਹਿਮ ਟੂ ਪਾਸ ਦ ਡਿਫੀਕਲਟ ਟਾਈਮ ਸੋ ਵੈਲ। ਰਾਤ ਨੂੰ ਜੋ ਇੰਨਾ ਮੁਸ਼ਕਿਲ ਦਾ ਟਾਈਮ ਸੀ ਉਹ ਲੇਡੀ ਨਾਲ ਇੰਨਾ ਵਧੀਆ ਉਹਦਾ ਗੁਜ਼ਰਿਆ ਕਿ ਉਹਨੂੰ ਜਿਹੜਾ ਇੰਨਾ ਮੁਸ਼ਕਿਲ ਸਮਾਂ ਸੀ ਉਹ ਮੁਸ਼ਕਿਲ ਨਹੀਂ ਲੱਗਿਆ। ਹਾਊ ਕੁੱਡ ਹੀ ਫੋਰਗੇਟ ਦ ਕਾਈਂਡਨੈਸ ਸ਼ੀ ਲੇਡ ਸ਼ੀ ਹੈਡ ਸ਼ੋਡ ਹਿਮ।
ਕਹਿੰਦਾ ਵੀ ਉਹ ਕਿਵੇਂ ਭੁੱਲ ਸਕਦੀ ਹੈ ਵੀ ਮੈਂ ਇੰਨੀ ਉਹ 'ਤੇ ਹੈ ਨਾ ਦਇਆ ਕੀਤੀ, ਮੈਂ ਇੰਨਾ ਉਹ ਕੀਤਾ, ਵੀ ਉਹ ਕਿਵੇਂ ਭੁੱਲ ਸਕਦੀ ਹੈ ਜੋ ਉਹਨੇ ਦਿਖਾਇਆ ਨਾ, ਸ਼ੇਡ ਸ਼ੂਟ ਹਿਮ। ਉਹ ਮਤਲਬ ਇਹਦੇ ਵਿੱਚ ਕੀ ਰਾਓ ਕਹਿ ਰਿਹਾ ਕਿ ਜਿੰਨਾ ਉਹਨੇ ਮੈਨੂੰ ਰਾਤ ਅਫੈਕਸ਼ਨ ਦਿਖਾਈ ਜਾਂ ਮੈਨੂੰ ਮਦਰ ਦੀ ਤਰ੍ਹਾਂ ਉਹਨੇ ਪਿਆਰ ਕੀਤਾ, ਮੈਂ ਕਿਵੇਂ ਭੁੱਲ ਸਕਦਾ ਜੋ ਉਹਨੇ ਦਿਖਾਇਆ। ਸ਼ੀ ਹੈਡ ਬੀਨ ਅ ਸ਼ੇਅਰਰ ਇਨ ਹਿਸ ਸਫਰਿੰਗ। ਕੀ ਹੈ ਉਹ ਜੋ ਰਾਤ ਉਹਦੇ ਨਾਲ ਦੁੱਖ ਸੀਗਾ ਉਹਦੇ ਵਿੱਚ ਉਹ ਹਿੱਸੇਦਾਰੀ ਬਣੀ, ਹੈ ਨਾ। ਹੀ ਵਾਜ਼ ਓਵਰਕਮ ਵਿਦ ਗ੍ਰੈਟੀਟਿਊਡ। ਹੁਣ ਕੀ ਹੈ ਉਹ ਕੀ ਹੈ ਉਹਦੇ ਪ੍ਰਤੀ ਕੀ ਹੈ ਉਹਦਾ ਗ੍ਰੈਟੀਟਿਊਡ ਵੱਧ ਗਿਆ, ਮਤਲਬ ਉਹਦੇ ਪ੍ਰਤੀ ਪਿਆਰ ਵੱਧ ਗਿਆ। ਹੀ ਕਿਸਡ ਹਰ ਫੋਰਹੈਡ, ਉਹਨੇ ਉਹਦੇ ਮੱਥਾ ਚੁੰਮਿਆ, ਮਤਲਬ ਜਿਹੜਾ ਰਾਓ ਸੀ ਉਹਨੇ ਉਹਦਾ ਮੱਥਾ ਚੁੰਮਿਆ। ਐਟ ਵੰਸ ਹੀ ਟੁੱਕ ਅਵੇ ਦਾ ਮਨੀ ਫਰੋਮ ਹਰ ਹੈਂਡਸ ਐਂਡ ਰਿਟਰਨਡ ਇਟ ਟੂ ਦਾ ਡਰਾਅਰ ਫਰੋਮ ਵਿੱਚ ਹੀ ਹੈਡ ਟੇਕਨ ਇਟ। ਕਹਿੰਦਾ ਉਹਨੇ ਹੱਥ ਉਹਦੇ ਹੱਥ ਦੇ ਵਿੱਚੋਂ ਪੈਸੇ ਜਿਹੜੇ ਉਹਨੇ ਚੋਰੀ ਕੀਤੇ ਸੀ ਉਹ ਨਿਕਾਲ ਕੇ ਉਹ ਜਿੱਥੋਂ ਲੈ ਕੇ ਸੀ ਉਹ ਡਰਾਅਰ 'ਚ ਵਾਪਿਸ ਹੀ ਤਰਿਆਂ ਦੇ। ਬਟ ਹੀ ਲੈਫਟ ਹਿਸ ਪਰਸ ਇਨ ਹਰ ਅਦਰ ਹੈਂਡ। ਉਹਨੇ ਜਿਹੜਾ ਪਰਸ ਸੀ ਜਿਹੜਾ ਉਹ ਪਰਸ ਸੀ ਉਹਦੇ ਹੱਥ ਦੇ ਵਿੱਚ ਲੇਡੀ ਦੇ ਉਹ ਉੱਥੇ ਛੋੜ ਆਉਂਦਾ ਉਹਦੇ ਹੱਥ ਦੇ ਵਿੱਚ। ਓਨਲੀ ਹੀ ਰਿਮੂਵਡ ਹਿਸ ਕਾਰਡ ਵਿਦ ਹਿਸ ਨੇਮ ਐਂਡ ਐਡਰੈਸ ਐਂਡ ਵੈਂਟ ਅਵੇ। ਉਹਨੇ ਕੀ ਕੀਤਾ ਸਿਰਫ ਇੱਕ ਜਿਹੜਾ ਉਹਦੇ ਨਾਮ ਦਾ ਕਾਰਡ ਸੀ ਅਤੇ ਐਡਰੈਸ ਦਾ ਸੀ ਉਹ ਉਹਦੇ ਪਰਸ। ਉਸ ਤੋਂ ਬਾਅਦ ਕਿ ਇਟ ਇਜ਼ ਇਨਡੀਡ ਅ ਮੂਵਿੰਗ ਸਟੋਰੀ ਟੈਲਸ ਹਾਊ ਅ ਪਰਸਨ ਆਊਟਵਰਡਲੀ ਰਾਧਰ ਹਾਸ਼ ਅਪੀਅਰਸ ਇਨ ਡਿਫਰੈਂਟ ਕਲਰ ਇਨ ਅਨਦਰ ਸਿਚੁਏਸ਼ਨ ਅੰਡਰ ਦਾ ਸਟ੍ਰੈਸ ਆਫ ਸਰਕਮਸਟਾਂਸਿਸ। ਇਹਦੇ ਵਿੱਚ ਕੀ ਇੱਕ ਮੂਵਿੰਗ ਸਟੋਰੀ ਹੈ, ਇਹ ਕਹਿੰਦੇ ਕਿ ਇੱਕ ਮੂਵਿੰਗ ਸਟੋਰੀ ਦਾ ਮਤਲਬ ਵੀ ਇੱਕ ਪਰਸਨ ਦੇ ਜਿਹੜੇ ਥੋਟਸ ਹੈ ਲਾਸਟ 'ਤੇ ਕਿਵੇਂ ਚੇਂਜ ਹੁੰਦੇ ਆ। ਇਹਦੇ ਵਿੱਚ ਉਹ ਦੱਸਦੇ ਨੇ ਕਿ ਇੱਕ ਪਰਸਨ ਜਿਹੜਾ ਦੇਖਣ 'ਚ ਆਪਾਂ ਨੂੰ ਹਾਰਸ਼ ਲੱਗ ਰਿਹਾ ਉਹ ਕੀ ਆ ਆਪਦਾ ਕਲਰ ਜਿਹੜਾ ਆਪਦੀ ਜਿਹੜੀ ਹਾਰਸ਼ਨੈਸ ਹੈ ਚੇਂਜ ਕਰ ਲੈਂਦਾ ਅਕੋਰਡਿੰਗ ਟੂ ਸਿਚੁਏਸ਼ਨ। ਜਦੋਂ ਉਹਦਾ ਇੱਕ ਸਟ੍ਰੈਸ ਆਉਂਦਾ ਸਟ੍ਰੈਸ ਵਾਲੀ ਸਰਕਮਸਟਾਂਸ ਆਉਂਦੀ ਹੈ ਉਦੋਂ ਕੀ ਉਹ ਚੇਂਜ ਹੋ ਜਾਂਦਾ। ਦੈਨ ਹਿਜ਼ ਰੀਅਲ ਕੁਆਲਿਟੀਜ਼ ਆਰ ਰਿਵੀਲਡ। ਫਿਰ ਉਹਦੀਆਂ ਕਿਹੜੀਆਂ ਕੁਆਲਿਟੀਜ਼ ਰਿਵੀਲ ਹੁੰਦੀਆਂ, ਕਿਹੜੀਆਂ ਕੁਆਲਿਟੀਜ਼ ਅੱਗੇ ਆਉਂਦੀਆਂ ਉਹਦੀ ਅਸਲੀ ਵਾਲੀਆਂ। ਦ ਆਊਟਵਰਡ ਕਵਰ ਵਿੱਚ ਕੰਸੀਡ ਦ ਲਾਰਡਸ ਅਸੈਂਸ਼ੀਅਲ ਨੇਚਰ ਇਜ ਪੁਸ਼ਡ ਅਸਾਈਡ ਐਂਡ ਹੀ ਹਾਊ ਕਮਸ ਬਿਫੋਰ ਅਸ ਇਜ਼ ਲਵਿੰਗ ਕਾਇੰਡਲੀ ਪਰਸਨ ਕੌਨਸ਼ੀਅਸ ਆਫ ਦ ਫੈਕਟ ਦੈਟ ਬਿਗ ਔਰ ਸਮਾਲ ਹਾਈ ਔਰ ਲੋ ਆਲ ਆਰ ਫੈਲੋ। ਮਤਲਬ ਇਹਦੇ ਵਿੱਚ ਕੀ ਦੱਸੇ ਕਿ ਜਿਹੜਾ ਆਪਾਂ ਨੂੰ ਲੋਇਰ ਸਟਾਰਟਿੰਗ ਦੇ ਵਿੱਚ ਐਂ ਲੱਗ ਰਿਹਾ ਕਿ ਉਹਨੇ ਬੈਗਰ ਦੀ ਹੈਲਪ ਨਹੀਂ ਕੀਤੀ, ਉਹਨੂੰ ਉਹਦੀ ਹੈਲਪ ਕਰਨਾ ਚਾਹੀਦੀ ਸੀ, ਹੈ ਨਾ, ਵੀ ਆਪਦੇ ਪ੍ਰਿੰਸੀਪਲਸ ਉਹਨੇ ਮੁੱਖ ਵੀ ਉਹ ਲਾਸਟ 'ਤੇ ਕਿੰਨਾ ਵਧੀਆ ਪਰਸਨ ਬਣ ਜਾਂਦਾ ਕਿ ਆਪਦਾ ਦੇਖੋ ਉਹਨੇ ਜਿਹੜੀ ਉਹ ਲੇਡੀ ਸੀ ਉਹਨੇ ਉਹਦਾ ਪਰਸ ਤੱਕ ਵੀ ਚੋਰੀ ਕੀਤਾ, ਫਿਰ ਵੀ ਉਹਨੇ ਕੀ ਆਪਦੀ ਰੀਅਲ ਆਈਡੈਂਟੀ ਉਹਦੇ ਵਿੱਚੋਂ ਕੱਢ ਕੇ ਉਹਦੇ ਹੈਂਡ ਦੇ ਵਿੱਚ ਹੀ ਪਰਸ ਛੋੜ ਜਾਂਦਾ, ਹੈ ਨਾ, ਵੀ ਉਹਨੇ ਉਸ ਚੀਜ਼ ਦਾ ਅਹਿਸਾਨ ਮੰਨਿਆ ਕਿ ਉਹਨੇ ਉਹਦੀ ਰਾਤ ਨੂੰ ਕੀ ਹੈਲਪ ਕੀਤੀ ਸੀ, ਹੈ ਨਾ। ਦੂਜੇ ਪਾਸੇ ਜਿਹੜੀ ਲੇਡੀ ਸੀ, ਹੈ ਨਾ, ਉਹ ਦੇਖੋ ਕਿੰਨੀ ਦੁੱਖ ਦੇ ਵਿੱਚ ਸੀ, ਫਿਰ ਵੀ ਉਹਨੇ ਕੀ ਆਪਦੀ ਜ਼ਿੰਦਗੀ ਜਿਹੜੀ ਉਹ ਲੋਕਾਂ ਨੂੰ ਮਾੜੀ ਲੱਗ ਰਹੀ ਸੀ ਕਿ ਬੈਗਿੰਗ ਕਰ ਰਹੀ ਹੈ, ਹੈ ਨਾ, ਵੀ ਗਲਤ ਕਰ ਰਹੀ ਹੈ, ਉਹਨੂੰ ਕਮਾਉਣਾ ਚਾਹੀਦਾ ਕਿਉਂਕਿ ਜੋਬ ਨਹੀਂ ਮਿਲਦੀ ਹੁੰਦੀ ਕਈ ਵਾਰੀ, ਹੈ ਨਾ, ਤਾਂ ਉਹ ਬੈਗਿੰਗ ਕਰ ਰਹੀ ਸੀ, ਤਾਂ ਉਹਦੇ ਵਿੱਚ ਕੀ ਆ ਉਹ ਜਿਹੜੀ ਉਹਦਾ ਨੇਚਰ ਸੀਗਾ ਇੱਕੋਦਮ ਓਪੋਜ਼ਿਟ ਹੁੰਦਾ, ਵੀ ਉਹ ਜਿਹੜਾ ਰਾਓ ਉਹਨੂੰ ਇੰਨਾ ਉਲਟਾ ਪੁਲਟਾ ਬੋਲਦਾ, ਹੈ ਨਾ, ਮਤਲਬ ਉਹਨੂੰ ਮਾੜਾ ਕਹਿੰਦਾ, ਫਿਰ ਵੀ ਉਹ ਲਾਸਟ 'ਤੇ ਕੀ ਕਰਦੀ ਉਹਦੀ ਹੈਲਪ ਕਰਦੀ ਹੈ। ਠੀਕ ਹੈ, ਤਾਂ ਜਿਹੜੀ ਅੱਜ ਦੀ ਸਟੋਰੀ ਸੀ ਇੱਥੇ ਖਤਮ ਹੁੰਦੀ ਹੈ। ਮੈਂ ਉਮੀਦ ਕਰਦੀ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ। ਥੈਂਕ ਯੂ ਸੋ ਮਚ ਸਟੂਡੈਂਟਸ।